ਤੇ ਸਭ ਤੋਂ ਮਹਿੰਗੀ ਗ੍ਰੀਨ ਸਿਟੀ ਕਲੋਨੀ ਦੇ ਵਿੱਚ ਅਵਾਰਾ ਖੁੰਖਾਰ ਕੁੱਤਿਆਂ ਨੇ ਇੱਕ ਘਰ ਦਾ ਛੋਟਾ ਰੱਖਿਆ ਪੱਪੀ ਡੌਗੀ ਅਵਾਰਾ ਕੁੱਤਿਆਂ ਨੇ ਖਾ ਲਿਆ। ਸੋ ਖੁੰਖਾਰ ਕੁੱਤਿਆਂ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਹੈ। ਖੁੰਖਾਰ ਕੁੱਤਿਆਂ ਤੋਂ ਗ੍ਰੀਨ ਸਿਟੀ ਦੇ ਵਾਸੀ ਕਾਫੀ ਪਰੇਸ਼ਾਨ ਹਨ। ਗ੍ਰੀਨ ਸਿਟੀ ਦੇ ਵਾਸੀਆਂ ਨੇ ਦੱਸਿਆ ਕਿ ਸਾਡੇ ਬੱਚੇ ਘਰ ਦੇ ਬਾਹਰ ਨਹੀਂ ਖੇਡ ਸਕਦੇ। ਕਾਫੀ ਟਾਈਮ ਪਹਿਲਾਂ ਇਹ ਅਵਾਰਾ ਕੁੱਤਿਆਂ ਨੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਹੀ ਵੱਢ ਲਿੱਤਾ ਸੀ। ਗ੍ਰੀਨ ਸਿਟੀ ਅਤੇ ਨਗਰ ਨਿਗਮ ਨੂੰ ਬਾਰ ਬਾਰ ਸ਼ਿਕਾਇਤਾਂ ਦੇ ਚੁੱਕੇ ਹਨ, ਕੋਈ ਵੀ ਸੁਣਵਾਈ ਨਹੀਂ ਹੁੰਦੀ। ਗ੍ਰੀਨ ਸਿਟੀ ਦੇ ਬੱਚਿਆਂ ਨੇ ਵੀ ਦੱਸਿਆ ਕਿ ਇਹ ਖੁੰਖਾਰ ਕੁੱਤੇ ਸਾਡੇ ਮਗਰ ਵੀ ਪਏ ਸੀ, ਪਰ ਅਸੀਂ ਮਸਾਂ ਆਪਣੀ ਜਾਨ ਬਚਾਈ ਸੀ। ਮਧੂ ਭੂਸ਼ਣ, ਮੇਰਾ ਨਾਮ ਹੈ ਜੀ ਮਧੂ ਭੂਸ਼ਣ ਕੌੜਾ, ਅਤੇ ਮੈਂ ਸਵਾ 6 ਵਜੇ ਸਾਡਾ ਇੱਕ ਪੋਕਟ ਮੇਰੇ ਬੱਚਿਆਂ ਵਰਗਾ ਕੁੱਤਾ ਲਾਸ਼ਾਈ ਸੀ, ਕੁੱਤਾ ਮੈਂ ਰੱਖਿਆ ਹੋਇਆ ਸੀ, ਉਹਦੀ 1.5 ਸਾਲ ਦੀ ਉਮਰ ਸੀਗੀ। 6:21 'ਤੇ ਉਹ ਮੈਂ ਪਿਸ਼ਾਬ ਕਰਨ ਬਾਹਰ ਆਇਆ ਉਹ, ਤਾਂ ਇੱਧਰੋਂ ਜਿਹੜਾ ਖੁੱਲ੍ਹਾ ਜੰਗਲ ਹੈਗਾ ਗ੍ਰੀਨ ਸਿਟੀ ਦੇ ਨਾਲ ਹੀ ਹੈਗਾ, ਇਹ ਖੁੱਲ੍ਹਾ ਜੰਗਲ ਹੈ, ਇਹਨਾਂ ਨੇ ਕੋਈ ਇੱਥੇ ਦੀਵਾਰ ਨਹੀਂ ਕੀਤੀ ਹੋਈ। ਉੱਧਰੋਂ 4-5 ਕੁੱਤੇ ਆ ਗਏ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਸੀ, ਅਤੇ ਉਸ ਕੁੱਤੇ ਨੂੰ ਨੋਚ ਨੋਚ ਕੇ ਮਾਰ ਦਿੱਤਾ, ਜੋ ਕਿ ਸਾਡੇ ਬੱਚਿਆਂ ਵਰਗਾ ਸੀ, ਪਾਲਿਆ ਸੀ, ਔਰ ਸਾਡਾ ਲਾਇਸੈਂਸੀ ਕੁੱਤਾ ਸੀ ਉਹ, ਉਹਦੇ ਸਾਰਾ ਕਾਰਡ ਵਗੈਰਾ ਬਣਿਆ ਹੋਇਆ ਸਾਡੇ ਕੋਲ। ਅਤੇ ਇਹ ਸਾਰੀ ਜਿਹੜੀ ਹੈਗੀ ਹੈ, ਇਸ ਬਾਰੇ ਜੋ ਗ੍ਰੀਨ ਸਿਟੀ ਦੇ ਪ੍ਰਬੰਧਕ ਹਨ ਉਹ ਜ਼ਿੰਮੇਵਾਰ ਹਨ, ਕਿਉਂਕਿ ਇੱਥੇ ਜੋ ਸਾਰਾ ਪਿੱਛੇ ਜੰਗਲ ਹੈ, ਇਹ ਰੇਰੂ ਐਕਟ ਦੇ ਅਧੀਨ ਜਿਹੜੀ ਕਲੋਨੀ ਇਹਨਾਂ ਨੇ ਡਰਾਮਾ ਰਚ ਰੱਖਿਆ, ਉਹ ਕੋਈ ਕਦ ਨਹੀਂ ਕੱਢਦੇ 1.5 ਕਿਲੋਮੀਟਰ, ਅਤੇ ਇਹ ਆਪਣਾ ਹੀ ਮਤਲਬ ਕਿ ਕੱਚੀ ਹੈ ਇੱਥੇ ਤਾਰ ਹੈਗੀ ਹੈ, ਇਸ ਕਰਕੇ ਕਈ ਲੇਡੀਜ਼ ਨੂੰ ਵੀ ਪਿਆ ਹੈ, ਕੁੱਤਾ ਪੈਂਦੇ ਹਨ, ਅਤੇ ਇਹ ਬਿਲਕੁਲ ਖਤਰਨਾਕ ਕੁੱਤੇ ਹਨ ਅਤੇ ਜੰਗਲੀ ਕੁੱਤੇ ਹਨ, ਜਿਨ੍ਹਾਂ ਬਾਰੇ ਕੋਈ ਇਹ ਇੰਤਜ਼ਾਮ ਨਹੀਂ ਕਰ ਰਹੇ। ਪਰ ਫਿਰ ਵੀ ਇਹ ਜੋ ਕੰਧ ਹੈ, ਇਸ ਤੋਂ ਕਈ ਆ ਕੇ ਵੜਦੇ ਹਨ, ਅਤੇ ਪਸ਼ੂ ਵੀ ਆਉਂਦੇ ਹਨ, ਮੋਰ ਵੀ ਆਉਂਦੇ ਹਨ, ਜਿਨ੍ਹਾਂ ਨੂੰ ਕੁੱਤੇ ਖਾ ਜਾਂਦੇ ਹਨ, ਇਹ ਇਸਦਾ ਕੋਈ ਇੰਤਜ਼ਾਮ ਨਹੀਂ ਕਰਦੇ। ਸ਼੍ਰੀਮਾਨ ਜੀ, ਇਸ ਤੋਂ ਇਲਾਵਾ ਜੋ ਅੱਜ ਵਾਰਦਾਤ ਹੋਈ ਹੈ ਅਤੇ ਪਹਿਲਾਂ ਹੋਈਆਂ ਹਨ ਇਹ ਖੁੰਖਾਰ ਕੁੱਤਿਆਂ ਦੀਆਂ, ਉਹਨਾਂ ਨਾਲ ਸਾਰੇ ਬੱਚੇ ਸਹਿਮੇ ਹੋਏ ਹਨ, ਜੋ ਕਿ ਡਰਦੇ ਬਾਹਰ ਨਹੀਂ ਆ ਰਹੇ। ਇਸ ਕਰਕੇ ਜੋ ਅਸੀਂ ਇੰਨੇ ਕਰੋੜ ਰੁਪਏ ਲਾ ਕੇ ਇੱਥੇ ਸੇਫ ਸਾਈਡ ਵਾਸਤੇ ਆਏ ਹਾਂ, ਪਰੰਤੂ ਇਹ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ 1.5-2 ਸਾਲ ਤੋਂ, ਅਤੇ ਇਹ ਨਾ ਹੀ ਕੋਈ ਕੰਧ ਬਣਾ ਰਹੇ ਹਨ। ਇਸ ਕਰਕੇ ਇਹ ਜੋ ਹੈ, ਅਸੀਂ ਇਸ ਦੇ ਪੂਰੀ ਰਣਨੀਤੀ ਰਲ ਕੇ ਚਲਾਵਾਂਗੇ ਅਤੇ ਇਹ ਧਰਨੇ ਪ੍ਰਦਰਸ਼ਨ ਕਰਾਂਗੇ, ਇਹਨਾਂ ਦੇ ਦਫ਼ਤਰ ਅੱਗੇ ਬੈਠਾਂਗੇ, ਹਰ ਹਾਲਤ 'ਚ ਬੈਠਾਂਗੇ, ਔਰ ਇਹਨਾਂ ਨੂੰ ਵਾਟਰ ਬਕਸ ਵੀ ਬਣਾਉਣ ਦੀ ਬਹੁਤ ਲੋੜ ਹੈ, ਜੋ ਕਿ ਜਗ੍ਹਾ ਛੱਡ ਰੱਖੀ ਹੈ, ਬਿਨਾਂ ਪਾਣੀ ਤੋਂ ਵੀ ਜੋ ਗੰਦਾ ਪਾਣੀ ਆਉਂਦਾ ਹੈ, ਇਹ ਕੋਈ ਇੰਤਜ਼ਾਮ ਨਹੀਂ ਕਰ ਰਹੇ। ਦੇਖੋ, ਮਤਲਬ ਅਸੀਂ ਸ਼ਹਿਰਾਂ ਮੰਡੀਆਂ ਛੱਡ ਛੱਡ ਕੇ ਇਹ ਦੇਖਦੇ ਹਾਂ ਕਿ ਚਲੋ ਗ੍ਰੀਨ ਸਿਟੀ ਵਧੀਆ ਕਲੋਨੀ 'ਚ ਚੱਲ ਜਾਈਏ, ਬਟ ਜੇ ਇੰਨੀਆਂ ਰਿਪਿਊਟਡ ਕਲੋਨੀਆਂ 'ਚ ਆ ਕੇ ਵੀ ਬੱਚਿਆਂ ਦੇ ਨਾਲ ਇਹ ਕੁਛ ਹੋ ਰਿਹਾ ਹੈਗਾ, ਹੈ ਨਾ? ਉਹ ਛੋਟਾ ਜਿਹਾ ਵਿਚਾਰਾ ਕੁੱਤਾ ਸੀ ਜਿਹੜਾ ਜੰਗਲੀ ਕੁੱਤਿਆਂ ਨੇ ਖਤਮ ਕਰਤਾ। ਕੱਲ੍ਹ ਨੂੰ ਸਾਨੂੰ ਆਪਣੇ ਬੱਚਿਆਂ ਦੀ ਬਹੁਤ ਫਿਕਰ ਹੈ ਕਿ ਉਹਨਾਂ ਨਾਲ ਅਗਰ ਕੁਛ ਵੀ ਅਨਹੋਨੀ ਹੁੰਦੀ ਹੈ ਤਾਂ ਕੌਣ ਜ਼ਿੰਮੇਵਾਰੀ ਲਊਗਾ ਇਸ ਚੀਜ਼ ਦੀ? ਇਹਨਾਂ ਨੂੰ ਮਤਲਬ ਜਿਨ੍ਹਾਂ ਨੇ ਕਲੋਨੀ ਬਣਾਈ, ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਦੀਵਾਰ ਵੀ ਬਣਨ ਵਾਲੀ ਹੈ ਇਹਦੀ, ਕੁਛ ਦਿਖਦਾ ਕਿ ਨਹੀਂ ਦਿਖਦਾ, ਕਿ ਇਹ ਉਦੋਂ ਦੀ ਵੇਟ ਕਰ ਰਹੇ ਜਦੋਂ ਇਹਨਾਂ ਦੇ ਬੱਚਿਆਂ ਨਾਲ ਕੋਈ ਵੀ ਇੰਸੀਡੈਂਟ ਹੋਊਗਾ। ਦੇ ਹੈਵ ਟੂ ਟੇਕ ਦਾ ਡਿਸੀਜਨ ਨਾ। ਪਲੀਜ਼, ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਸ ਚੀਜ਼ ਨੂੰ ਬਹੁਤ ਹੀ ਚੰਗੇ ਹਿਰਦੇ ਨਾਲ ਫੋਰਵਰਡ ਕੀਤਾ ਜਾਵੇ, ਅਤੇ ਪਲੀਜ਼ ਇਹ 'ਤੇ ਕੋਈ ਐਕਸ਼ਨ ਲਿੱਤਾ ਜਾਵੇ। ਮਤਲਬ ਵੀ ਕਾਂਟ ਟੇਕ ਇਟ ਐਨੀ ਮੋਰ।